ਕੁਛ ਨਹੀਂ ਕਰਨਾ ਪੈਣਾ? ਚਾਹੀਦਾ, ਕੁਛ ਨਹੀਂ ਚਾਹੀਦਾ। ਓਕੇ ਜੀ, ਹਾਂ, ਪਾਸਪੋਰਟ ਲੈ ਕੇ ਜਾ, ਪ੍ਰੂਫ ਆਫ ਐਡਰੈਸ ਲੈ ਕੇ ਜਾ, ਠੀਕ ਹੈ ਜੀ। ਬਾਕੀ ਇੱਕ ਦੋ ਹੋਰ ਚੀਜ਼ਾਂ ਹੈਗੀਆਂ, ਉਹ ਕੋਈ ਗੱਲ ਹਾਂਜੀ, ਨਹੀਂ, ਦੱਸਾਂਗਾ ਤੈਨੂੰ ਓਕੇ, ਥੈਂਕ ਕਿਤੇ ਯੂ ਭਾਈ ਜੀ। ਹੈਸਟਨ ਮਿਲੀ ਤਾਂ ਦੱਸੂਗਾ। ਵਿਆਹ ਕਰ ਮੇਰਾ ਵੀ, ਲਵ ਯੂ ਕਰੀ ਅੱਜ, ਉਹਨੂੰ ਮਨਾ ਲਾ, ਠੀਕ ਹੈ ਮੇਰੇ ਪੁੱਤ, ਵਿਆਹ ਲਾ, ਬਸ ਥੈਂਕ ਵਿਆਹ ਯੂ ਕਰ ਭਾਈ ਲਾ, ਜੀ, ਥੈਂਕ, ਹੈਂ, ਥੈਂਕ ਯੂ। ਹਾਂ, ਕਰ ਲਾ, ਛੱਡੀ ਨਾ, ਐਵੇਂ ਨਾ ਕੰਮ ਖਰਾਬ ਹੋ ਜਾਵੇ। ਦੇਖਿਆ ਕਈ ਵਾਰੀ ਕਹਿੰਦੇ ਹੁੰਦੇ ਗੁੜ ਨਾਲ ਇਸ਼ਕ ਮਿੱਠਾ, ਮੈਂ ਤਾਂ ਕਹਿੰਦਾ ਯਾਰ ਗੋਰੀ ਨਾਲ ਇਸ਼ਕ ਮਿੱਠਾ, ਹੈਂ, ਨਾਲੇ ਇਸ਼ਕ ਕਰੋ, ਨਾਲੇ ਬੇਬੀ ਜਮਾਓ, ਨਾਲੇ ਇਹਦੇ ਵਿੱਚ ਕੀ ਕਰੋ, ਵੀਜ਼ਾ ਵਧਾਓ, ਕਿੰਨਾ ਵਧੀਆ ਨਹੀਂ ਗੋਰੀਆਂ। ਹਾਂ, ਤੇ ਆਪਣੀ ਹੁੰਦੀ, ਹੁਣ ਲਹੂ ਪੀਲਣਾ ਸੀ ਪਹਿਲਾਂ ਤੇਰੀ ਪੇ ਲੈ ਕੇ, ਹੁਣ ਤੇਰੀ ਲੈਣੀ ਸੀ ਪੇ 4 ਸਾਲ, ਫਿਰ ਬਾਅਦ 'ਚ ਕਹਿਣਾ ਸੀ ਘਰ ਮੈਨੂੰ ਲੈ ਕੇ ਦੇ, ਉਹ ਮੇਰੇ ਨੌ ਘਰ, ਮੇਰਾ ਡੈਡੀ ਕਹਿੰਦਾ ਤੂੰ ਭੱਜ ਜਾਣਾ ਆ, ਮੈਨੂੰ ਭਰੋਸਾ ਨਹੀਂ ਤੇਰੇ 'ਤੇ। ਫਿਰ ਉਹ ਕਹਿਣਾ ਸੀ ਹੁਣ ਤੂੰ ਭਾਂਡੇ ਮਾਂਜ, ਮੇਰਾ ਈ ਸਟੈਂਡਰ ਆਇਆ, ਮੈਂ ਨਹੀਂ ਹਿੱਲਣਾ, ਤੂੰ ਸਾਰਾ ਕਰ, ਤੂੰ ਇੰਡੀਆ ਤੋਂ ਆਇਆ, ਉਹ ਭਰਾਵਾ ਤੇਰਾ ਲਹੂ ਲੈਣਾ ਸੀ ਪੀ, ਤੂੰ ਕਹਿਣਾ ਸੀ ਇੰਨਾ ਭਰਾਵਾ ਪਿੰਡੇ ਹੀ ਚੰਗੇ ਸੀਗੇ, ਤਾਂ ਠੀਕ ਹੈ। ਫਿਰ ਉਹ ਕਹਿਣਾ ਤੂੰ ਸਲਾਹ ਆ ਮੇਰੀ, ਜੇ ਤੁਹਾਨੂੰ ਇੱਦਾਂ ਦੇ ਕੋਈ ਸਿਚੁਏਸ਼ਨ ਹੈ ਨਾ, ਤੁਹਾਡੀ ਵਾਈਫ ਕਹਿੰਦੀ ਕਿ ਭਾਂਡੇ ਮਾਂਜ, ਗੁਆਂਢੀਆਂ ਦੇ ਵੀ ਮਾਂਜ ਦਿਆ ਕਰੋ ਨਾਲ ਦੀ, ਆਹੋ ਠੀਕ ਆ, ਕੀ ਕਰਨਾ ਪੈਣਾ ਹੁਣ ਇੱਥੇ, ਤਾਂ ਭਰਾਵਾ ਤੁਹਾਨੂੰ ਪਤਾ ਹੀ ਆ ਕਿ ਇੱਥੇ ਜੋ ਹੁੰਦਾ ਹਾਲ ਚਾਲ, ਇੱਥੇ ਕਰਮ ਵਾਲਾ ਹੀ ਆ ਜਿਹੜਾ ਰੋਬ ਚੜਾਉਣਾ ਘਰ ਵਾਲੀ 'ਤੇ, ਨਹੀਂ ਤਾਂ ਇਟਸ ਦਾ ਅਦਰ ਵੇ ਅਰਾਊਂਡ, ਦ ਯੂ ਹੈਵ ਟੂ ਵੇਅਰ ਦ ਸਕਲਟ ਐਂਡ ਦ ਵੁਮਨ ਵੇਅਰ ਦ ਪੈਂਟ, ਸ਼ੀ ਚਲਾਜ਼ ਦ ਹੁਕਮ ਐਂਡ ਯੂ ਮਾਂਜ ਦ ਭਾਂਡੇ ਐਂਡ ਯੂ ਫੀਡ ਦ ਬੇਬੀ ਐਂਡ ਯੂ ਲਾ ਦ ਨੈਪੀ। ਇੱਥੇ ਤਾਂ ਆ ਕੰਮ ਆ ਸਰ, ਇਹਦੇ ਵਿੱਚ ਜਿਹੜਾ ਦੇਖੋ